ਵਾਹਿਗੁਰੂ ਵਾਹਿਗੁਰੂ ਪਰਮਨ ਸਤਕਾਰਯੋਗ ਗੁਰੂ ਰੋ ਗੁਰੂ ਪਿਆਰੀ ਸਾਧ ਸੰਗਤ ਜੀ ਚਕਾਓ ਸੀਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਵਿੱਚ ਆਪ ਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ 2 ਮਿੰਟ ਵਾਸਤੇ ਗੁਰੂ ਕੀ ਸੰਗਤ ਨੇ ਉੱਚੀ ਆਵਾਜ਼ ਦੇ ਵਿੱਚ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਫਿਰ ਗੁਰੂ ਕੀ ਸੰਗਤ ਨਾਲ ਵਿਚਾਰਾ ਸਨੀਆਂ ਕਰਾਂਗੇ ਕੋਰਸਨਾ ਖਾਲੀ ਨਾ ਰਹਿ ਜਾਏ ਬੀਬੀਓ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਕਿਸੇ ਨੇ ਵੀ ਇੱਕ ਦੂਜੇ ਨਾਲ ਗੱਲ ਨਹੀਂ ਕਰਨੀ ਜੇ ਗੱਲਾਂ ਕਰਨੀਆਂ ਗੁਰੂ ਨਾਲ ਗੱਲਾਂ ਕਰੋ ਉਹ ਕਿਹੜੀਆਂ ਗੱਲਾਂ ਨੇ ਮੁੱਖ ਮੁਖ ਤੋਂ ਵਾਹਿਗੁਰੂ 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 ਕਹੀਏ ਤੇ ਗੁਰੂ ਨਾਲ ਗੱਲਾਂ ਹੁੰਦੀਆਂ ਨੇ ਦੁਨਿਆਵੀ ਗੱਲਾਂ ਜਿਹੜੀਆਂ ਨੇ ਉਹ ਗੁਰੂ ਤੋਂ ਤੋੜਦੀਆਂ ਨੇ ਜਦੋਂ ਵਾਹਿਗੁਰੂ ਵਾਹਿਗੁਰੂ ਕਰੋਗੇ ਤਾਂ ਉਹ ਗੱਲਾਂ ਜਿਹੜੀਆਂ ਗੁਰੂ ਨਾਲ ਕੀਤੀਆਂ ਹੀਆਂ ਰੱਬ ਨਾਲ ਜੋੜਦੀਆਂ ਨੇ ਇਸ ਕਰਕੇ ਦੁਨਿਆਵੀ ਗੱਲ ਕਿਸੇ ਨਹੀਂ ਕਰਨੀ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਰੀ ਸੰਗਤ ਬੋਲੋ ਭਾਈ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ

ah ਆਦਿ ਨਾਮ ਵਾਹਿਗੁਰੂ ਸਾਦ Hey! ਜਨਮ ਮਰਨ ਦੋਹੋਂ ਮੈਂ ਨਹੀਂ ਜਨ ਪਰਿ ਉਪਕਾਰੀ ਆਏ ਜੀ ਦਾਨ ਤੇ ਭਗਤੀ ਲੈਨ ਹਰ ਸਿਉ ਲੈਨ ਮਲਾਏ ਗੁਰੂ ਕੀ ਸੰਗਤ ਅੱਜ ਸ਼੍ਰੀਮਾਨ ਸੰਤ ਬਾਬਾ ਨਧਾਨ ਸਿੰਘ ਜੀ ਉਹਨਾਂ ਦਾ ਜਨਮ ਦਿਨ ਸੰਗਤੀ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਤੁਸੀਂ ਮਨਾ ਰਹੇ ਹੋ ਮਹਾਂਪੁਰਸ਼ ਪਰ ਉਪਕਾਰ ਹੀ ਹੋਇਆ ਕਰਦੇ ਹਨ ਇਹ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦਾ ਬਚਨ ਹੈ ਕਿ ਗੁਰੂ ਘਰ ਦੇ ਵਿੱਚ ਜਿਹੜਾ ਪਰ ਉਪਕਾਰ ਕਰਦਾ ਪਰਪਾਰ ਉਪਕਾਰ ਉਹਨੂੰ ਕਹਿੰਦੇ ਆ ਜਿਹੜਾ ਆਪਣਾ ਨਿੱਜੀ ਕੰਮ ਛੱਡ ਕੇ ਗੁਰੂ ਦੀ ਸੇਵਾ ਗੁਰੂ ਦਾ ਸਿਮਰਨ ਦੂਸਰੇ ਵਾਸਤੇ ਪਰ ਉਪਕਾਰ ਕਰਨਾ ਉਹ ਮਨੁੱਖ ਗੁਰਬਾਣੀ ਅਗਵਾਈ ਪਰਦੇ ਹੀ ਹੈ ਉਹਦਾ ਜਮਨਾ ਵੀ ਖਤਮ ਤੇ ਮਰਨਾ ਵੀ ਖਤਮ ਜਨਮ ਮਰਨ ਦੋਹਾਂ ਮੈਂ ਨਹੀਂ ਉਹ ਜਨਮ ਦੇ ਚੱਕਰ ਵਿੱਚ ਨਹੀਂ ਆਉਂਦਾ ਤੇ ਮਰਨ ਦੇ ਚੱਕਰ ਵਿੱਚ ਨਹੀਂ ਆਉਂਦਾ 84 ਲੱਖ ਜੁਨ ਤੋਂ ਖਿਹੜਾ ਛੁੱਟ ਜਾਂਦਾ ਉਹਦਾ ਪਰ ਨਾਲ ਦੀ ਨਾਲ ਪਰ ਉਪਕਾਰ ਕਰਨਾ ਤੇ ਹਉਮੈ ਤੋਂ ਰਹਿਤ ਹੋ ਕਰਕੇ ਹੰਕਾਰ ਵਿੱਚ ਪਰ ਉਪਕਾਰ ਕਰਨਾ ਚੀ ਫਸ ਜਾਂਦਾ ਨਿਰਮਤਾ ਨੂੰ ਧਾਰਨ ਕਰਕੇ ਪਰ ਉਪਕਾਰ ਕਰਨਾ ਜੀਵ ਦਾ ਜਨਮ ਤੇ ਮਰਨ ਖਤਮ ਹੋ ਜਾਂਦਾ ਜਿੱਥੇ ਸੇਵਾ ਕਰਨੀ ਆ ਤੇ ਸਿਮਰਨ ਕਰਨਾ ਉਥੇ ਨਰਮਤਾ ਰੱਖਣੀ ਧੀਰਜ ਰੱਖਣੀ ਉਥੇ ਨਰਮਤਾ ਨੂੰ ਧਾਰਨ ਕਰਨਾ ਸ਼੍ਰੀਮਾਨ ਸੰਤ ਬਾਬਾ ਨਾਨਕ ਸਿੰਘ ਜੀ ਦਾ ਜਨਮ ਇਸੇ ਹੀ ਨਗਰ ਵਿੱਚ ਪਿੰਡ ਨਡਾਲੋਂ ਜ਼ਿਲ੍ਹਾ ਹੁਸ਼ਿਆਰਪੁਰ ਮਾਤਾ ਗੁਲਾਬ ਕੌਰ ਪਿਤਾ ਉੱਤਮ ਸਿੰਘ ਦੇ ਘਰ ਵਿਖੇ ਹੁਆਂ ਮਰਸ਼ਾਂ ਦਾ ਜਨਮ ਹੋਇਆ 1882 ਈਸਵੀ ਵਿੱਚ ਕੋਪੂਰ ਬਲੇ ਕਰਮਾਂ ਦਾ ਤਪ ਪੂਰਬਲੀ ਬੰਦਗੀ ਮਹਾਂਪੁਰਸ਼ਾਂ ਦੀ ਤਾਂ ਬਾਲਵਸਤਾ ਦੇ ਵਿੱਚ ਹੀ ਰੱਬੀ ਲਗਨ ਲੰਗੀ ਮਹਾਪੁਰਸ਼ ਸੰਤ ਬਾਬਾ ਅਨੰਦ ਸਿੰਘ ਜੀ ਬਚਪਨ ਦੇ ਵਿੱਚ ਹੀ ਉਹਨਾਂ ਦੀ ਸਮਾਧੀ ਲੱਗ ਜਾਂਦੀ ਸੀ ਕਈ ਕਈ ਘੰਟੇ ਬੈਠੇ ਰਹਿਣਾ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ ਮੂਲ ਮੰਤਰ ਦਾ ਅਭਿਆਸ ਕਰਨਾ ਐਸੀ ਸੁਰਤ ਟਿਕ ਜਾਣੀ ਕਈ ਕਈ ਘੰਟੇ ਬੈਠੇ ਰਹਿਣਾ ਕਿ ਪਤਾ ਨਹੀਂ ਕੌਣ ਆਇਆ ਕੌਣ ਗਿਆ ਇਕ ਦਿਨ ਮਹਾਪੁਰਸ਼ ਆਪਣੇ ਮੋਜ ਵਿੱਚ ਬੰਦਗੀ ਕਰ ਰਹੇ ਸਨ ਤੇ ਨਾਲ ਦੀ ਲਾਲੇ ਧਾਰਨਾ ਪੜ ਰਹੇ ਸਨ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਇਹ ਮੁਖ ਵਿੱਚੋਂ ਧਾਰਨਾ ਪੜ ਰਹੇ ਸਨ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਇਹਨੇ ਨੂੰ ਇਸੇ ਹੀ ਨਗਰ ਦੇ ਸੰਤ ਦਵਾਨ ਸਿੰਘ ਜੀ ਜਿਨ੍ਹਾਂ ਤੇ ਬਹੁਤ ਵੱਡੀ ਕਿਰਪਾ ਸੀ ਉਹ ਮਹਾਂਪੁਰਸ਼ ਪਿਛਲੇ ਬੰਨੇ ਬਾਬਾ ਜੀ ਦੇ ਖਲੋ ਕੇ ਉਤਾਰਨਾ ਸੁਣ ਰਹੇ ਸਨ ਤਾਂ ਉਸ ਟਾਈਮ ਤੇ ਬਾਬਾ ਜੀ ਵਾਰ-ਵਾਰ ਇਹ ਧਾਰਨਾ ਪੜੀ ਜਾਂਦੇ ਸਨ ਤਾਂ ਜਦੋਂ ਚੁੱਪ ਹੋਏ ਸੰਤ ਬਾਬਾ ਦੀਵਾਨ ਸਿੰਘ ਚ ਕੀਂਦੇ ਬੇਟਾ ਇੱਕ ਵਾਰ ਧਰਨਾ ਫੇਰ ਪੜੋ ਬਾਬਾ ਜੀ ਨੇ ਫੇਰ ਧਰਨਾ ਪੜੀ ਤਾਂ ਮਾਂ ਪਰਸ਼ ਕਹਿਣ ਲੱਗੇ ਤੁਹਾਡੀ ਡਿਊਟੀ ਤਾਂ ਪਈ ਹਜੂਰ ਸਾਹਿਬ ਦੀ ਧਰਤੀ ਤੇ ਲੱਗੀ ਹੈ ਤੁਹਾਡੇ ਕਰਮਾਂ ਦੇ ਵਿੱਚ ਸੇਵਾ ਵਾ ਸਿਮਰਨਿਆ ਤਾਂ ਗੁਰੂ ਕੀ ਸੰਗਤ ਸਮਾਂ ਨੰਗਦਾ ਗਿਆ 17 ਕ ਸਾਲ ਦੀ ਆਜੂ ਬਤੀਤ ਹੋਈ ਬੰਦਗੀ ਦਾ ਬਚਪਨ ਦੇ ਵਿੱਚ ਇੱਕ ਖਜ਼ਾਨਾ ਬਹੁਤ ਵੱਡਾ ਇਕੱਠਾ ਕੀਤਾ ਭਗਤੀ ਦਾ ਤਾਂ ਗੁਰੂ ਕੀ ਸੰਗਤ ਉਸ ਸਮੇਂ ਤੇ ਇੱਕ ਦਿਨ ਐਸਾ ਸਮਾਂ ਆਇਆ ਕਿ ਮਹਾਪੁਰਸ਼ਾਂ ਆਪਣੇ ਪਰਿਵਾਰਕ ਵਿਛੋੜਾ ਦੇ ਕੇ ਆਪਣੇ ਪਰਿਵਾਰ ਦਾ ਤਿਆਗ ਕਰਦੇ ਹੋਏ ਨਗਰ ਦਾ ਤਿਆਗ ਕਰਦੇ ਹੋਏ ਮਹਾ ਪਰਸ਼ਣ ਦੇ ਕਦਮ ਅੱਗੇ ਵਧਣ ਲੱਗੇ ਅਰਬੀ ਮਸਤੀ ਵਿੱਚ ਅਰਬੀ ਲਗਨ ਵਿੱਚ ਜਾ ਰਹੇ ਨੇ ਤਾਂ ਗੁਰੂ ਕੀ ਸੰਗਤ ਮਹਾ ਪਰਸ਼ਾ ਚੱਲਦੇ ਚੱਲਦੇ ਦਿੱਲੀ ਤੋਂ ਅੱਗੇ ਚਾਂਸੀ ਆ ਜਦੋਂ ਚਾਂਸੀ ਵਿਖੇ ਤਾਂ ਉਸ ਸਮੇਂ ਤੇ ਨੌ ਜਵਾਨਾਂ ਦੀ ਇੱਕ ਪਰਤੀ ਖੁੱਲੀ ਸੀ ਨੌਜਵਾਨਾਂ ਦੀ ਭਰਤੀ ਖੁੱਲੀ ਸੀ ਨੌਜਵਾਨ ਮਿਲਟਰੀ ਵਿੱਚ ਭਰਤੀ ਹੋ ਰਹੇ ਸਨ ਮਹਾਪੁਰਸ਼ ਵਿਚਾਰਿਆ ਕਿ ਆਪਾਂ ਵੀ ਦੇਸ਼ ਦੀ ਸੇਵਾ ਕਰੀਏ ਉਸ ਲਾਈਨ ਵਿੱਚ ਲੱਗੇ ਤਾਂ ਗੁਰੂ ਕੀ ਸੰਗਤ ਮਿਲਟਰੀ ਵਿੱਚ ਭਰਤੀ ਹੋ ਗਏ 4 ਨੰਬਰ ਰਸਾਲੇ ਵਿੱਚ ਸਿੱਖ 4 ਨੰਬਰ ਰਸਾਲਾ ਉਹਦੇ ਵਿੱਚ ਮਹਾਪੁਰਸ਼ ਭਰਤੀ ਹੋ ਗਏ ਦਾ ਗੁਰੂ ਕੀ ਸੰਗਤ ਜਦੋਂ ਆਰਮੀ ਵਿੱਚ ਪਰਤੀ ਹੋਏ ਚਾਰ ਨੰਬਰ ਰਸਾਲੇ ਵਿੱਚ ਸਮਾਂ ਨੰਗ ਜਾ ਗਿਆ ਇੱਕ ਦਿਨ ਮਹਾਪੁਰਸ਼ ਕਿਉਂਕਿ ਮਿਲਟਰੀ ਦਾ ਅਸੂਲ ਹੁੰਦਾ ਕਿ ਉਹਨਾਂ ਨੂੰ ਸਭ ਤੋਂ ਪਹਿਲਾਂ ਆਪਰੇਟ ਕਰਾਈ ਜਾਂਦੀ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੀਆਂ ਡਿਊਟੀਆਂ ਲੱਗਦੀਆਂ ਨੇ ਮਹਾਪੁਰਸ਼ ਸੰਤ ਬਾਬਾ ਅਨੰਦ ਸਿੰਘ ਜੀ ਰਾਤ ਦਾ ਸਮਾਂ ਵਾ ਤਾਂ ਸਮਾਧੀ ਲੱਗੀ ਆ ਬੰਦਗੀ ਵਿੱਚ ਜੁੜੇ ਆ ਕੋਈ ਪਤਾ ਨਹੀਂ ਚਾ ਸੂਰਜ ਚੜ੍ਹ ਕੇ ਆ ਗਿਆ ਪਰੇਟ ਵਿੱਚ ਗਏ ਨਹੀਂ ਉਸ ਸਮੇਂ ਤੇ ਜਦੋਂ ਸੂਰਜ ਕਾਫੀ ਉੱਪਰ ਚੜ੍ਹ ਕੇ ਆਇਆ ਸੂਰਜ ਦੀਆਂ ਕਰਨਾ ਮੁਖੜੇ ਤੇ ਪਈਆਂ ਸਮਾਧੀ ਖੁੱਲੀ ਕੀ ਦੇਖਿਆ ਕਿ ਮੈਂ ਤਾਂ ਅੱਜ ਪ੍ਰੇਟ ਵਿੱਚ ਹਾਜ਼ਰ ਨਹੀਂ ਹੋ ਸਕਿਆ ਪਤਾ ਨਹੀਂ ਕੀ ਅਫਸਰ ਡੰਡਵੇਗਾ ਉਸ ਸਮੇਂ ਤੇ ਗੁਰੂ ਕੀ ਸੰਗਤ ਆਪਣੇ ਆਸਣ ਤੋਂ ਉੱਠੇ ਉਸ ਅਫਸਰ ਦੇ ਕੋਲ ਗਏ ਜਿਹੜੇ ਪ੍ਰੀਤ ਪੀੜੀ ਕਰਾਉਂਦੇ ਸਨ ਕਹਿੰਦੇ ਸਾਹਿਬ ਮੈਂ ਅੱਜ ਪ੍ਰੇਟ ਵਿੱਚ ਹਾਜ਼ਰ ਨਹੀਂ ਹੋ ਸਕਿਆ ਉਹ ਅਫਸਰ ਕਹਿਣ ਲੱਗਾ ਕਹਿੰਦੇ ਨਧਾਨ ਸਿੰਘ ਇਹੋ ਜਿਹੀਆਂ ਗੱਲਾਂ ਕਰਦਾ ਤੂੰ ਤਾਂ ਕਹਿੰਦੇ ਅੱਜ ਫਰਸਟ ਨੰਬਰ ਤੇ ਖੜਾ ਸੀ ਤੂੰ ਤਾਂ ਪ੍ਰੇਟ ਵਾਲੀ ਕਮਾਲ ਕਰ ਦਿੱਤੀ ਐ ਇਹੋ ਜੀ ਤਾਂ ਪ੍ਰੇਟ ਅੱਜ ਤੱਕ ਮੈਂ ਹੋਈ ਦੇਖੀ ਨਹੀਂ ਜਿਹੋ ਜੀ ਤੂੰ ਪ੍ਰੇਟ ਕੀਤੀ ਐ ਕਹਿੰਦੇ ਤੂੰ ਤਾਂ ਫਰਸਟ ਨੰਬਰ ਤੇ ਖੜਾ ਸੀ ਇਹੋ ਜੀ ਪ੍ਰੇਟ ਤਾਂ ਮੈਂ ਹੋਈ ਕਦੀ ਦੇਖੀ ਨਹੀਂ ਜਿਹੋ ਜੀ ਅੱਜ ਤੂੰ ਪ੍ਰੇਟ ਕੀਤੀ ਐ ਤੂੰ ਕਹਿਣਾ ਮੈਂ ਓਪਰੇਟ ਵਿੱਚ ਹਾਜ਼ਰ ਨਹੀਂ ਹੋ ਸਕਿਆ। ਬਾਬਾ ਜੀ ਆਤਮ ਗਿਆਨੀ ਸਨ। ਬਾਬਾ ਅਨੰਦਾਨ ਸਿੰਘ ਜੀ ਸਮਝ ਗਏ ਕਿ ਸਾਡੀ ਜਗ੍ਹਾ ਤੇ ਕਲਗੀਆਂ ਵਾਲੇ ਨੇ। ਇਹ ਟਾਈਮ ਦਿੱਤਾ ਓਪਰੇਟ ਕੀਤੀ ਆ। ਤਾਂ ਉਸ ਸਮੇਂ ਤੇ ਖੜੇ ਟਾਈਮ ਉਸ ਅਫਸਰ ਨੂੰ ਜਵਾਬ ਦੇ ਦਿੱਤਾ। ਕਹਿੰਦੇ ਅੱਜ ਤੋਂ ਦੁਨਿਆਵੀ ਨੌਕਰੀ ਨਹੀਂ ਕਰਾਂਗਾ ਜਿਹੜਾ ਸਾਡੀ ਡਿਊਟੀ ਲਾ ਕੇ ਚਲੇ ਗਿਆ ਅੱਜ ਤੋਂ ਉਹਦੀ ਡਿਊਟੀ ਕਰਾਂਗਾ ਇਹ ਅੱਜ ਤੋਂ ਗਵਰਨਮੈਂਟ ਦੀ ਡਿਊਟੀ ਨਹੀਂ ਕਰਾਂਗਾ ਗੁਰੂ ਕੀ ਸੰਗਤ ਖੜੇ ਟਾਈਮ ਜਵਾਬ ਦੇ ਦਿੱਤਾ ਕਿਉਂਕਿ ਆਪਾਂ ਛੋਟੀ ਗੱਲ ਕਰ ਰਹੇ ਆ ਵਿਸਤਾਰ ਨਾ ਜਾਈਏ ਤੇ ਬਹੁਤ ਲੰਮਾ ਸਮਾਂ ਲੱਗ ਜਾਏ ਬਲਾਰੇ ਵਿੱਚੇ ਹੋਰ ਵੀ ਆ ਤਾਂ ਗੁਰੂ ਕੀ ਸੰਗਤ ਮਹਾਪੁਰਸ਼ਾਂ ਨੇ ਉਸ ਜਗ੍ਹਾ ਤੋਂ ਹਜ਼ੂਰ ਸਾਹਿਬ ਵੱਲ ਨੂੰ ਚਾਲੇ ਮਾਰ ਦਿੱਤੇ ਕਦਮ ਅੱਗੇ ਵਧਦੇ ਗਏ ਨਦੇੜ ਦੀ ਧਰਤੀ ਤੇ ਹਜ਼ੂਰ ਸਾਹਿਬ ਸੱਚਖੰਡ ਸਾਹਿਬ ਜਾ ਕੇ ਬਾਬਾ ਨੰਦਾਨ ਸਿੰਘ ਜੀ ਨੇ ਨਮਸਕਾਰ ਕੀਤੀ ਮੱਥਾ ਟੇਕਿਆ ਸਾਲ 1900 ਦੇ ਵਿੱਚ ਮਹਾਪੁਰਸ਼ ਉੱਥੇ ਪਹੁੰਚੇ ਆ ਸ਼੍ਰੀਮਾਨ ਸੰਤ ਬਾਬਾ ਅਨੰਧਾਨ ਸਿੰਘ ਜੀ ਨੇ ਕਲਗੀਆਂ ਵਾਲੇ ਦੇ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਮਾਹਾਂਪੁਰਸ਼ਾਨੇ 12 ਸਾਲ ਸੇਵਾ ਕੀਤੀ ਮੁੱਖ ਉਹਨਾਂ ਦੀ ਸੇਵਾ ਸੀ ਕਿ ਗੁਰੂ ਕੀ ਸੰਗਤ ਨੂੰ ਜਲ ਛਕਾਉਣਾ ਗੁਰੂ ਕੇ ਲੰਗਰ ਵਿੱਚ ਸੇਵਾ ਕਰਨੀ ਲੰਗਰ ਵਰਤਾਉਣਾ ਝੂਠੇ ਬਰਤਨ ਮੰਜਨੇ ਗੁਰੂ ਕੀ ਸੰਗਤ ਦੇ ਜੋੜੇ ਸਾਫ਼ ਕਰਨੇ ਉਹਨਾਂ ਸਮਿਆਂ ਵਿੱਚ ਹੱਥ ਨਾਲ ਪੱਖੇ ਚੱਲਦੇ ਹੁੰਦੇ ਸਨ ਦੂਜੇ ਪੱਖੇ ਨਹੀਂ ਸਨ ਆਪਣੇ ਹੱਥੀ ਸੰਗਤ ਨੂੰ ਪੱਖਾ ਚੱਲਣਾ ਹੋਰ ਟਹਿਲ ਸੇਵਾ ਕਰਨੀ ਜਿਵੇਂ ਅੱਜ ਜਲਦੀ ਗਾਗਰ ਗੋਦਾਵਰੀ ਤੋਂ ਲਾ ਜਾ ਕੇ ਮਹਾਰਾਜ ਦੇ ਤਖਤ ਦਸ਼ ਨਾਨਕਰਾਇਆ ਜਾਂਦਾ ਇਹ ਜਲਦੀ ਗਾਗਰ ਵੀ ਸੰਤ ਬਾਬਾ ਅਨੰਧਾਨ ਸਿੰਘ ਜੀ ਲੈ ਕੇ ਜਾਂਦੇ ਰਹੇ ਇਹ ਡਿਊਟੀ ਵੀ ਕਰਦੇ ਰਹੇ ਸਮਾ ਨੰਗ ਦਾ ਗਿਆ 12 ਸਾਲ ਮਾਂ ਪਰਸ਼ਾਂ ਸੇਵਾ ਕੀਤੀ ਤਾਂ ਜਿੱਥੇ ਏਡੀ ਵੱਡੀ ਸੇਵਾ ਬੰਦਗੀ ਵਾਲੀ ਆਤਮਾ ਜਿਹੜੀ ਕਰ ਰਹੀ ਸੀ ਉਨੀ ਨਾਲ ਉਹਨਾਂ ਦੀ ਸੁਭਾਵਾਤ ਰਹੀ ਸੀ ਹਰ ਇੱਕ ਜਗ੍ਹਾ ਦੇ ਉੱਤੇ ਹੀ ਜਿੱਥੇ ਕਿ ਬੰਦਗੀ ਵਾਲੀ ਰੂਹ ਨਾਮ ਜਪਦੀ ਗੁਰਬਾਣੀ ਕੜਦੇ ਗੁਰਬਾਣੀ ਪੜੀ ਜਾਂਦੀ ਆ ਉਥੇ ਨਾਲ ਦੀ ਨਾਲ ਉਪਮਾ ਵੀ ਵਾਦੀ ਆ ਕਈ ਈਰਖਾਲੂ ਕੋ ਲੋਕ ਹੁੰਦੇ ਆ ਉਹਨਾਂ ਤੋਂ ਉਪਮਾ ਸਤਕਾਰ ਜਰਿਆ ਨਹੀਂ ਜਾਂਦਾ ਈਰਖਾ ਹੋਣ ਲੱਗੀ ਇਨੀ ਈਰਖਾ ਕਿ ਮਹਾਂਪੁਰਸ਼ਾਂ ਨੂੰ ਤੱਕੇ ਵੀ ਮਾਰ ਛੱਡੇ ਆ ਮਾਪੁਰਸ਼ਾਂ ਨੇ ਇੱਕ ਦਿਨ ਮਨ ਉਪਰਾਮ ਹੋਇਆ। ਸ਼੍ਰੀਮਾਨ ਸੰਤ ਬਾਬਾ ਨਿਹੰਗ ਸਿੰਘ ਜੀ ਮਨ ਬਣਾਇਆ ਕਿ ਸੇਵਾ ਕਰਨੀ ਪੰਜਾਬ ਦੀ ਧਰਤੀ ਤੇ ਜਾ ਕੇ ਕਰਨੀ ਆ। ਬਾਬਾ ਜੀ ਨੇ ਨਦੇੜ ਰੇਲਵੇ ਸਟੇਸ਼ਨ ਤੇ ਮਾਪੁਰਸ਼ ਰਾਤ ਨੂੰ ਆਣ ਬੈਠੇ। ਉਹਨਾਂ ਸਮਿਆਂ ਵਿੱਚ ਰੈਂਡਾ ਇੱਕੋ ਟਾਈਮ ਆਉਂਦਾ ਹੁੰਦਾ ਸੀ ਕੋਲੇ ਵਾਲਾ ਇੰਜਨ ਛੋਟੀ ਲਾਈਨ ਹੁੰਦੀ ਸੀ ਹਫਤੇ ਬਾਅਦ ਇੱਕ ਟਾਈਮ ਆਉਂਦਾ ਸੀ ਰੋਜ਼ਾਨਾ ਟ੍ਰੇਨ ਨਹੀਂ ਸੀ ਆਉਂਦੀ ਹਫਤੇ ਬਾਅਦ ਉਦੋਂ ਟ੍ਰੇਨ ਆਉਣ ਦਾ ਸਮਾਂ ਸੀ ਮਹਾਪੁਰਸ਼ ਨਦੇੜ ਰੇਲਵੇ ਸਟੇਸ਼ਨ ਦੇ ਉੱਤੇ ਇਮਲੀ ਦੇ ਦਰਖਤ ਥੱਲੇ ਚੌਂਕੜਾ ਲਾਇਆ ਰਾਤ ਦਾ ਸਮਾਂ ਅੰਮ੍ਰਿਤ ਵੇਲਾ ਹੋ ਗਿਆ ਉਧਰੋਂ ਟ੍ਰੇਨ ਆਉਣ ਦਾ ਸਮਾਂ ਵਾਂ ਤਾਂ ਬਾਬਾ ਜੀ ਦੀ ਸਮਾਦੀ ਲੱਗੀ ਆ ਅਚਾਨਕ ਕਰੋੜਾਂ ਸੂਰਜਾਂ ਸਮਾਨ ਪ੍ਰਕਾਸ਼ ਹੋਇਆ ਸਮਾਦੀ ਖੋਲੀ ਤੇ ਕੀ ਦੇਖਿਆ ਸਾਹਮਣੇ ਕਲਗੀਧਰ ਪਾਤਸ਼ਾਹ ਘੋੜੇ ਬਾਜ ਸਮੇਤ ਪ੍ਰਤੱਖ ਦਰਸ਼ਨ ਦੇ ਰਹੇ ਬਾਬਾ ਅਨੰਦ ਸਿੰਘ ਜੀ ਨੇ ਕਲਗੀ ਤਰਪਾਦਸ਼ਾ ਦੇ ਚਰਨਾਂ ਤੇ ਮਸਤਕ ਰੱਖਿਆ ਵਿਰਾਗਮਈ ਵਸਤਾ ਦੇ ਵਿੱਚ ਆਪਣੇ ਨੈਣਾਂ ਦੇ ਜਲ ਦੇ ਨਾਲ ਕਲਗੀ ਤਰਪਾਦਸ਼ਾ ਦੇ ਚਰਨ ਧੋਤੇ ਤਾਂ ਕਲਗੀ ਤਰਪਾਦਸ਼ਾ ਕਹਿਣ ਲੱਗੇ ਨਿਧਾਨ ਸਿਆ ਕਿਧਰ ਚੱਲੇ ਹੋ ਕਹਿੰਦੇ ਮਹਾਰਾਜ ਸੇਵਾ ਕਰਨੀ ਪੰਜਾਬ ਦੀ ਧਰਤੀ ਤੇ ਜਾ ਕੇ ਕਰਨੀ ਆ ਕਲਗੀਧਰ ਪਾਤਸ਼ਾਹ ਕਹਿੰਦੇ ਨਿਧਾਨ ਸਿੰਘ ਪੰਜਾਬ ਦੀ ਧਰਤੀ ਤੇ ਜਾ ਕੇ ਸੇਵਾ ਨਹੀਂ ਕਰਨੀ ਕਲਗੀਆਂ ਵਾਲੇ ਨੇ ਮੋਹ ਫੜ ਕੇ ਉਠਾਇਆ ਆਪਣੀ ਛਾਤੀ ਨਾਲ ਲਾਇਆ ਸੀਸ ਤੇ ਹੱਥ ਰੱਖਿਆ ਤੇ ਬ੍ਰਹਮ ਗਿਆਨ ਦਾ ਪ੍ਰਕਾਸ਼ ਕਰ ਦਿੱਤਾ ਕਲਗੀਧਰ ਪਾਤਸ਼ਾਹ ਨੇ ਬਾਬਾ ਨਿਧਾਨ ਸਿੰਘ ਜੀ ਦੇ ਸੀਸ ਤੇ ਹੱਥ ਰੱਖਿਆ ਬਖਸ਼ਿਸ਼ ਕੀਤੀ ਤੇ ਬ੍ਰਹਮ ਗਿਆਨ ਦਾ ਪ੍ਰਕਾਸ਼ ਕਰ ਦਿੱਤਾ ਤੇ ਹੁਕਮ ਕੀਤਾ ਕਲਗੀਧਰ ਪਾਤਸ਼ਾਹ ਨੇ ਕਿ ਜਾਓ ਸਾਡਾ ਪ੍ਰਾਤਨ ਲੰਗਰ ਆ ਤੁਸੀਂ ਉੱਥੇ ਜਾ ਕੇ ਲੰਗਰ ਵਰਤਾਓ ਤੇ ਬਖਸ਼ਿਸ਼ ਕੀਤੀ ਵਰ ਦਿੱਤਾ ਖੀਸਾ ਮੇਰਾ ਤੇ ਹੱਥ ਤੇਰਾ ਕਦੀ ਤੇਰੇ ਲੰਗਰ ਵਿੱਚ ਟੋਟ ਨਹੀਂ ਆਵੇਗੀ ਸਤਿ ਸ੍ਰੀ ਅਕਾਲ ਤਾਂ ਕਲਗੀਧਰ ਪਾਤਸ਼ਾਹ ਨੇ ਥਾਪੜਾ ਦੇ ਕੇ ਸੀਸ ਤੇ ਹੱਥ ਰੱਖ ਕੇ ਬਹੁਤ ਬ੍ਰਹਮ ਗਿਆਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਦੇੜ ਰੇਲਵੇ ਸਟੇਸ਼ਨ ਤੋਂ ਵਾਪਸ ਮੋੜਿਆ ਜਿੱਥੇ ਅੱਜ ਗੁਰਦੁਆਰਾ ਲੰਗਰ ਸਹਿਬ ਆ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇਣ ਤੋਂ ਪਹਿਲਾਂ ਇਸ ਜਗ੍ਹਾ ਦੇ ਉੱਤੇ ਜਦੋਂ ਨਗੀਨਾ ਘਾਟ ਕਲਗੀਧਰ ਪਾਤਸ਼ਾਹ ਦਾ ਅਸਨ ਸੀ ਇਸੇ ਜਗ੍ਹਾ ਤੇ ਹੀ ਉਸ ਟਾਈਮ ਤੇ ਕਲਗੀਆਂ ਵਾਲੇ ਦਾ ਲੰਗਰ ਚੱਲਦਾ ਸੀ ਇਸ ਕਰਕੇ ਕਲਗੀ ਤਰਪਾਦਸ਼ਾ ਨੇ ਕਿਹਾ ਸੀ ਜਾਓ ਸਾਡਾ ਪ੍ਰਾਤਨ ਲੰਗਰ ਆ ਉੱਥੇ ਜਾ ਕੇ ਲੰਗਰ ਚਲਾਓ ਬਖਸ਼ਿਸ਼ ਕੀਤੀ ਕਿਉਂਕਿ ਵਿਸਤਾਰ ਨਾਲ ਚੱਲੀਏ ਜੇ ਅਗੇ ਇਤਿਹਾਸ ਉੱਥੋਂ ਦਾ ਸਾਰਾ ਸੁਣਾਈਏ ਤੇ ਸਾਡਾਂ ਦਾ ਜਾ ਵੀ ਆਪਾਂ ਸਾਰਾ ਹੀ ਟਾਈਮ ਜਥਿਆਂ ਦਾ ਆਪਾਂ ਇਹ ਲਾਜਾਂਗੇ 2-3 ਘੰਟੇ ਹੋਰ ਵੀ ਲੱਗ ਸਕਦੇ ਆ ਪਰ ਆਪਾਂ ਦਾ ਸਾਰਿਆਂ ਨੂੰ ਸਮਾਂ ਦੇਣਾ ਗੁਰੂ ਕੀ ਸੰਗਤ ਬਾਬਾ ਅਨੰਧਾਨ ਸਿੰਘ ਜੀ ਨੇ 1912 ਦੇ ਵਿੱਚ ਬਾਬਾ ਨਿਹੰਗ ਸਿੰਘ ਜੀ ਨੂੰ ਕਲਗੀਧਰ ਪਾਤਸ਼ਾਹ ਨੇ ਪ੍ਰਤੱਖ ਦਰਸ਼ਨ ਦਿੱਤੇ ਵਰ ਪ੍ਰਾਪਤ ਕੀਤਾ ਤੇ ਕਲਗੀਆਂ ਵਾਲੇ ਦੇ ਦੱਸੇ ਹੋਏ ਨਿਸ਼ਾਨੇ ਤੇ ਆਣ ਕੇ ਮਹਾਪੁਰਸ਼ਾਂ ਨੇ ਲੰਗਰ ਸ਼ੁਰੂ ਕੀਤਾ ਉਹਨਾਂ ਸਮਿਆਂ ਵਿੱਚ ਦੋ ਮੱਟੀਆਂ ਰੱਖੀਆਂ ਹੁੰਦੀਆਂ ਸਨ ਰੱਖੀਆਂ ਹੁੰਦਸ ਐ ਇੱਕ ਮੱਠੀ ਦਾ ਨਾਮ ਰੱਖਿਆ ਸੀ ਗੁਰਾਂ ਦਿੱਤੀ ਇੱਕ ਦਾ ਨਾਮ ਰਾਮ ਰੱਖਿਆ ਗੁਰੂ ਕੀ ਸੰਗਤ ਠੰਡਾ ਜਲ ਲਿਆਉਣਾ ਉਹਨਾਂ ਮੜਕਿਆਂ ਵਿੱਚ ਪਾਉਣਾ ਤਾਂ ਗੁਰੂ ਕੀ ਸੰਗਤ ਛੋਲਿਆਂ ਦੀ ਮੋਠ ਨਾਲ ਛਕਣ ਵਾਸਤੇ ਦੇਣੀ ਤੇ ਜਲ ਛਕਾਉਣਾ ਇਥੋਂ ਸੇਵਾ ਆਰੰਭ ਕੀਤੀ ਅੱਜ ਹੋਰ ਕੱਲ ਹੋਰ ਮਹਾਪੁਰਸ਼ਾਂ ਨੇ ਚੜ੍ਹਦੀ ਕਲਾ ਦੇ ਨਾਲ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਹੋ ਗਈ ਜਿਵੇਂ ਜਿਵੇਂ ਰਸਤਾ ਬਸਤਾ ਆਉਣੀਆਂ ਸ਼ੁਰੂ ਹੋਈਆਂ ਮਹਾਪੁਰਸ਼ਾਂ ਨੇ ਲੋਹ ਲੰਗਰ ਚਾਲੂ ਕੀਤਾ ਤਾਂ 1912 ਤੋਂ ਲੈ ਕੇ ਮਹਾਪੁਰਸ਼ਾਂ ਨੇ ਇਸ ਲੰਗਰ ਦੀ ਪ੍ਰਥਾ ਨੂੰ ਸ਼ੁਰੂ ਕੀਤਾ ਤੇ ਬੇਅੰਤ ਸੰਗਤਾਂ ਨੂੰ ਤਾਰਿਆ 1947 ਤੱਕ ਮਹਾਪੁਰਸ਼ਾਂ ਨੇ ਲੰਗਰ ਦੀ ਸੇਵਾ ਨਿਭਾਈ ਤੇ ਇਥੋਂ ਤੱਕ ਇਹ ਇੱਕ ਵੇਰਾਂ ਐਸਾ ਵੀ ਲੰਗਰ ਦੇ ਵਿੱਚ ਕ੍ਰਿਸ਼ਮਾ ਵਰਤਿਆ ਕੀ ਸਿੰਘ ਕਹਿਣ ਲੱਗੇ ਮਹਾਪੁਰਸ਼ੋ ਅੱਜ ਕਿਉਂ ਸਵਾਇਆ ਤੇ ਮਹਾਪੁਰਸ਼ਾਂ ਕਹਿਣ ਲੱਗੇ ਕੋਈ ਗੱਲ ਨਹੀਂ ਚਲ ਵਾਜ ਗੋਦਾਵਰੀ ਤੋਂ ਧਾਰਾ ਲਾਏ ਆਉਣੇ ਸੇਵਾਦਾਰਾਂ ਨੂੰ ਖਾਲੀ ਪੰਜ ਟੀਨ ਲੰਗਰ ਚੋ ਚਕਾਏ ਨੇ ਤੇ ਗੋਦਾਵਰੀ ਵਿੱਚ ਗਏ ਜੀ ਗੁਰੂ ਕੀ ਸੰਗਤ ਇਹ ਗੋਦਾਵਰੀ ਦਾ ਜਲ ਜਿਹੜਾ ਨਿਰਮਲ ਅੱਧੀ ਅੱਧੀ ਗੋਦਾਵਰੀ ਵਗਦੀ ਰਹਿੰਦੀ ਸੀ ਅਸੀਂ ਆਪਣੇ ਅੱਖਾਂ ਨਾਲ ਦੇਖੀ ਹੈ ਤੇ ਬੁੱਕ ਭਰ ਕੇ ਜਲ ਛਕੀਦਾ ਸੀ ਉਹਦੇ ਚ ਨਿਰਮਲ ਜਲ ਤਾਂ ਉਸ ਤੋਂ ਵੀ ਪਹਿਲਾਂ ਬਾਬਾ ਨਾਨਕ ਸਿੰਘ ਜੀ ਜਦੋਂ ਉਦੋਂ ਕਿੰਨਾ ਪਵਿੱਤਰ ਜਲ ਸੀ ਉਹ ਕੋਈ ਡੈਮ ਨਹੀਂ ਸੀ ਵਗਤ ਹੀ ਰਹੀਦੀ ਸੀ ਗੋਦਾਵਰੀ ਤਾਂ ਥੱਲੇ ਤੱਕ ਸਭ ਕੁਝ ਦਿਖਦਾ ਹੁੰਦਾ ਸੀ ਇਹ ਨਾ ਪਵਿੱਤਰ ਜਲ ਸੀ ਤਾਂ ਗੁਰੂ ਕੀ ਸੰਗਤ ਮਹਾਪੁਰਸ਼ ਉਹਨਾਂ ਸੇਵਾਦਾਰਾਂ ਨੂੰ ਨਾਲ ਲਿਆ ਗੋਦਾਵਰੀ ਤੇ ਲੈ ਗਏ ਕਹਿੰਦੇ ਪੰਜੇ ਟੀਨੇ ਦੇ ਜੋ ਭਰੋ ਤਾਂ ਗੁਰੂ ਕੀ ਸੰਗਤ ਪੰਜੇ ਟੀਨ ਭਰੇ ਕਹਿੰਦੇ ਢੱਕਣ ਲਾ ਦਿਓ ਸਤ ਨਾਮ ਵਾਹਿਗੁਰੂ ਬੋਲਦੇ ਚੱਲੋ ਮਹਾਂਪੁਰਸ਼ ਆਪ ਨਾਲ ਤਾਂ ਗੁਰੂ ਕੀ ਸੰਗਤ ਜਦੋਂ ਲੰਗਰ ਵਿੱਚ ਲਿਆਂਦੇ ਨੇ ਲਿਆਣ ਕੇ ਰੱਖੇ ਨੇ ਢੱਕਣ ਖੋਲੇ ਤੇ ਦੇਸੀ ਘਿਓ ਆ ਉਹੋ ਹੀ ਕੜਾਹਿਆਂ ਵਿੱਚ ਪਾਇਆ ਤੇ ਸਾਰੀਆਂ ਰਸਤਾ ਬਣੀਆਂ ਨੇ ਗੁਰੂ ਕੀ ਸੰਗਤ ਪਦਾਰਥ ਬਣੇ ਨੇ ਕੜਾ ਪ੍ਰਸ਼ਾਦ ਬਣਿਆ ਸਬਜ਼ੀਆਂ ਬਣੀਆਂ ਨੇ ਅਗਲੇ ਦਿਨ ਗੁਰੂ ਕੀ ਸੰਗਤ ਲੰਗਰ ਵਿੱਚ ਕਿਉ ਆਇਆ ਵਾ ਕਹਿੰਦੇ ਚਲੋ ਭਾਈ ਪਹਿਲਾਂ ਗੋਦਾਵਰੀ ਦਾ ਵਾਪਸ ਕਰਕੇ ਆਈਏ ਆਪ ਨਾਲ ਗਏ ਨੇ ਪੰਜੇ ਟੀਨ ਜਾ ਕੇ ਗੋਦਾਵਰੀ ਵਿੱਚ ਠੇੜੀ ਕਰ ਦਿੱਤੇ ਕਹਿੰਦੇ ਲੈ ਭਾਈ ਤੇਰੀ ਆਮਾਨਤ ਜਿਹੜੀ ਆ ਕੋ ਵਾਪਸ ਆ ਗਈ ਤਾਂ ਗੁਰੂ ਕੀ ਸੰਗਤ ਐਸੀ ਵਸਤਾ ਦੇ ਮਾਲਕ ਸ੍ਰੀਮਾਨ ਸੰਤ ਬਾਬਾ ਅਨੰਦਾਨ ਸਿੰਘ ਜੀ ਸਨ ਜਦੋਂ ਰਸਤਾ ਵਸਤਾ ਜਿਆਦੀਆਂ ਹੋਣੀਆਂ ਤੇ ਗੱਡਿਆਂ ਦੇ ਉੱਤੇ ਲੱਡੂ ਬਣਾ ਕੇ ਰੱਖ ਲੈਣੇ ਜਲੇਬ ਬਣਾ ਲੈਣੇ ਪਦਾਰਥ ਬਣਾ ਲੈਣੇ ਲਾਗੇ ਲਾਗੇ ਜਿੰਨੇ ਹੈਗੇ ਪਿੰਡ ਉਹਨਾਂ 'ਤੇ ਜਾ ਕੇ ਉਹਨਾਂ ਲੋਕਾਂ ਨੂੰ ਛਕਾਉਣਾ ਲੰਗਰ ਲਾਉਣਾ ਉਹਨਾਂ ਪਿੰਡਾਂ ਵਿੱਚ ਬਹੁਤ ਜ਼ਿਆਦੀ ਗਰੀਬੀ ਹੁੰਦੀ ਸੀ ਕਿਉਂਕਿ ਕੋਈ ਫਸਲ ਨਹੀਂ ਸੀ ਹੁੰਦੀ ਬਰਸਾਤ ਦੇ ਵਿੱਚ ਜੇ ਚਾਰ ਦਾਣੇ ਜਵਾਰੀ ਦੇ ਹੋ ਗਏ ਤੇ ਉਹ ਖਾਣੇ ਆ ਨਹੀਂ ਤੇ ਫਾਂਕਾ ਘਟਣਾ ਪੈਂਦਾ ਸੀ ਰੋਟੀ ਤੋਂ ਮਥਾਜ ਸੀ ਲੋਕ ਉਹ ਰੋਟੀ ਦੇ ਰੋਟੀ ਵਾਸਤੇ ਉਧਰ ਤੇ ਲੋਕ ਲੰਗਰ ਵਿੱਚ ਆਣ ਕੇ ਸੇਵਾ ਕਰਿਆ ਕਰਦੇ ਸਨ ਤੇ ਗੁਰੂ ਕੀ ਸੰਗਤ ਉਹਨਾਂ ਦੀਆਂ ਪਿਆਰ ਦੀਆਂ ਤੰਦਾਂ ਪਈਆਂ ਹੋਈਆਂ ਉਹਨਾਂ ਲੋਕਾਂ ਦੇ ਨਾਲ ਅੱਜ ਵੀ ਕਹਿਣ ਤੋਂ ਭਾਵ ਕਿ ਜਦੋਂ ਮਹਾਪੁਰਸ਼ਾਂ ਦੀ ਵਰਸ਼ੀ ਹੁੰਦੀ ਆ ਉਹ ਲੋਕ ਉਹਨੇ 100-100 ਕਿਲੋਮੀਟਰ ਤੋਂ ਉਹਨਾਂ ਲੋਕਾਂ ਨੇ ਪਿੰਡਾਂ ਦੇ ਲੋਕ ਜਿਹੜੇ ਆ ਆਪਾਂ ਜਿਹੜੇ ਕੀਰਤਨੀ ਜਥਾ ਕਹਿ ਦਿੰਨੇ ਜਾਂ ਢਾਡੀ ਜਥਾ ਕਹਿ ਦਿੰਨੇ ਉਂਦਰ ਕਹਿੰਦੇ ਭਜਲ ਮੰਡਲੀ ਉਹ ਲੋਕ ਜਿਹੜੇ ਕੀਰਤਨ ਕਰਦੇ ਆ ਰੱਬ ਨੂੰ ਯਾਦ ਕਰਦੇ ਆ ਬਰਸ਼ੀ ਵਾਲੇ ਦਿਨ ਉਹਨਾਂ ਬਾਬਾ ਅਨੰਦ ਸਿੰਘ ਦੀ ਯਾਦ ਵਿੱਚ ਪੂਰੀ ਰੈਣ ਸਵਾਈ ਆਣ ਕੇ ਲੰਗਰ ਸਾਹਿਬ ਕਰਨੀ ਹੈ ਜੇ ਉਹਨਾਂ 6 ਵਜੇ ਆਪ ਦਾ ਕੀਰਤਨ ਰੰਭ ਕੀਤਾ ਤੇ ਸਵੇਰੇ 6 ਵਜੇ ਤੱਕ ਕਰਨਾ ਜੇ 7 ਵਜੇ ਤੋਂ ਕੀਤਾ ਤੇ ਸਵੇਰੇ 7 ਵਜੇ ਤੱਕ 12 ਘੰਟੇ ਉਹਨਾਂ ਪੂਰੇ ਲਾਉਣੇ ਆ ਤੇ ਇੱਕ ਇੱਕ ਜਥੇ ਦੇ ਵਿੱਚ 10-10 15-15 ਆਦਮੀ ਕੋਈ ਗਰੀਬ ਜਨਤਾ ਨਹੀਂ ਉਹ ਕੋਈ ਆਮ ਨਹੀਂ ਚੰਗੇ ਚੰਗੇ ਜਿਹੜੇ ਮੈਂਬਰ ਸਰਪੰਚ ਜ਼ਿਮੀਂਦਾਰ ਪਿੰਡਾਂ ਦੇ ਲੋਕ ਆ ਉਹ ਲੋਕ ਆ ਜੁੜੇ ਹੋਏ ਉਹਨਾਂ ਦੇ ਵਿੱਚੋਂ ਅੱਜ ਵੀ ਇੱਕ ਜਥਾ ਇੱਥੇ ਆਇਆ ਲਾਸਟ ਉਹਨਾਂ ਲੱਗਣਾ ਵਾ ਕਿਉਂਕਿ ਕੋਈ ਗੁਰਮੁਖੀ ਸ਼ਬਦ ਉਹਨਾਂ ਕੰਠ ਕੀਤੇ ਆ ਉਹ ਫਿਰ ਗਾਇਨ ਕਰਦੇ ਆ ਕੋਈ ਆਪਣੀ ਮਰੱਠੀ ਭਾ ਜਾਵੇ ਮਰੱਠੀ ਭਾਸ਼ਾ ਦੇ ਵਿੱਚ ਵੀ ਕੋਈ ਗੁਰਮੁਖੀ ਭਾਸ਼ਾ ਵਿੱਚ ਉਹ ਰੱਬ ਨੂੰ ਯਾਦ ਕਰਦੇ ਆ ਕਹਿਣ ਤੋਂ ਭਾਵ ਕਿ ਇੰਨਾ ਬਾਬਾ ਨਿਧਾਨ ਸਿੰਘ ਜੀ ਨੇ ਉਸ ਇਲਾਕੇ ਵਿੱਚ ਵੀ ਪਿਆਰ ਵੰਡਿਆ ਅੱਜ ਵੀ ਉਹਨਾਂ ਦੇ ਪਿਆਰ ਦਾ ਸਦਕਾ ਉਹ ਲੋਕ ਜਿਹੜੇ ਬਾਬਾ ਨਿਧਾਨ ਸਿੰਘ ਜੀ ਦਾ ਸਤਿਕਾਰ ਕਰਦੇ ਆ ਤੇ ਅੱਜ ਵੀ ਇੱਕ ਜਥਾ ਉਹਨਾਂ ਚ ਇੱਥੇ ਆਇਆ ਹੋਇਆ। ਸ਼੍ਰੀਮਾਨ ਸੰਤ ਬਾਬਾ ਅੰਧਾਨ ਸਿੰਘ ਜੀ ਨੇ ਦਿਨ ਰਾਤ ਇੱਕ ਕਰਕੇ ਜਿੱਥੇ ਸੇਵਾ ਕੀਤੀ, ਸਿਮਰਨ ਕੀਤਾ, ਬੰਦਗੀ ਕੀਤੀ, ਆਪ ਨਾਮ ਜਪਿਆ ਤੇ ਸੰਗਤਾਂ ਤੋਂ ਜਪਾਇਆ, ਆਪ ਸੇਵਾ ਕੀਤੀ, ਸੰਗਤਾਂ ਤੋਂ ਸੇਵਾ ਕਰਵਾਈ। ਤਾਂ ਗੁਰੂ ਕੀ ਸੰਗਤ ਸ਼੍ਰੀਮਾਨ ਸੰਤ ਬਾਬਾ ਅੰਧਾਨ ਸਿੰਘ ਜੀ ਨੇ 1947 ਤੱਕ ਉਸ ਲੰਗਰ ਦੀ ਸੇਵਾ ਜੜੀਆ ਉਹ ਜਾਰੀ ਰੱਖੀ। ਸ਼ੁਰੂ ਬਹੁਤ ਵੱਡੀ ਪੱਦਰ ਦੇ ਉੱਤੇ ਰਹਿਣ ਦਾ ਪ੍ਰਬੰਧ ਲੰਗਰ ਦਾ ਪ੍ਰਬੰਧ ਸਾਰਾ ਕੀਤਾ ਆਈਆਂ ਹੋਈਆਂ ਸੰਗਤਾਂ ਤੋਂ ਇੱਕ ਗੱਡਾ ਚੱਲਦਾ ਹੁੰਦਾ ਸੀ ਸਟੇਸ਼ਨ ਦੇ ਉੱਤੋਂ ਪਹਿਲੀ ਵਾਰ ਜਦੋਂ ਅਸੀਂ ਗਏ ਆ ਤੇ ਉਹ ਗੱਡਾ ਅਸੀਂ ਆਪਣੀਆਂ ਅੱਖਾਂ ਨਾਲ ਚੱਲਦਾ ਦੇਖਿਆ ਉਸ ਗੱਡੇ ਤੇ ਅਸੀਂ ਗਏ ਸੀ ਸਤਸਰੀਆ ਗੁਰੂ ਕੀ ਸੰਗਤ ਉਹ ਗੱਡਾ ਜਿਹੜਾ ਸੰਗਤਾਂ ਨੂੰ ਸਟੇਸ਼ਨ ਤੋਂ ਲੈ ਕੇ ਜਾਣਾ ਉਹਨਾਂ ਹੀ ਛੱਡ ਕੇ ਜਾਣਾ ਬੱਚੇ ਬਿਠਾ ਦੇਣੇ ਗੱਡੇ ਤੇ ਬੈਕ ਰੱਖ ਦੇਣੇ ਨਾਲ ਜਿਹੜਾ ਸੇਵਾਦਾਰ ਹੁੰਦਾ ਸੀ ਉਹਨੇ ਸਤਨਾਮ ਵਾਹਿਗੁਰੂ ਦਾ ਜਾਪ ਕਰਾਉਣਾ ਨਾਲ ਸੰਗਤ ਉਰੀ ਜਾਣੀ ਇਸ ਤਰ੍ਹਾਂ ਪਹਿਲਾਂ ਉੱਥੇ ਗੱਡੀਆਂ ਟਰੱਕਾਂ ਦਾ ਬੱਸਾਂ ਦਾ ਨਹੀਂ ਸੀ ਪ੍ਰਬੰਧ ਗੱਡਾ ਹੀ ਚੱਲਦਾ ਹੁੰਦਾ ਸੀ ਉਹਨਾਂ ਸਮਿਆਂ ਵਿੱਚ ਬੜਾ ਉੱਥੇ ਕਠਨ ਸੀ ਲੰਗਰ ਚਲਾਉਣਾ ਜਿਹੜੀ ਮਹਾਪੁਰਸ਼ਾਂ ਨੇ ਬਹੁਤ ਵੱਡੀ ਘਾਲਣਾ ਘਾਲ ਕੇ ਤੇ ਉਹ ਸੇਵਾ ਕਰਾਈ ਗੁਰੂ ਕੀ ਸੰਗਤ 4 ਅਗਸਤ 1947 ਨੂੰ ਮਹਾਪੁਰਸ਼ਾਂ ਨੇ ਆਪਣਾ ਸਰੀਰ ਕਚੋਲਾ ਤਿਆਗਿਆ ਸੀ ਉਸ ਤੋਂ ਬਾਅਦ ਚ ਸੰਤ ਬਾਬਾ ਹਰਨਾਮ ਸਿੰਘ ਜੀ 1947 ਤੋਂ ਲੈ ਕੇ 1979 ਤੱਕ ਮਹਾਪੁਰਸ਼ ਸੰਤ ਬਾਬਾ ਹਰਨਾਮ ਸਿੰਘ ਜੀ ਨੇ ਉਸੇ ਤਰ੍ਹਾਂ ਹੀ ਉਹ ਲੰਗਰ ਨੂੰ ਚਾਰ ਚੰਨ ਲਾਇ ਸੇਵਾ ਕੀਤੀ 1979 ਤੋਂ ਲੈ ਕੇ 1983 ਤੱਕ ਸ਼੍ਰੀਮਾਨ ਸੰਤ ਬਾਬਾ ਆਤਮਾ ਸਿੰਘ ਜੀ ਮੋਨੀ ਨੇ ਉਸ ਲੰਗਰ ਦੀ ਸੇਵਾ ਕੀਤੀ 1983 ਤੋਂ ਲੈ ਕੇ 13 ਮਈ 2005 ਤੱਕ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਨੇ ਜਿਥੇ ਕਿ ਉਹਨਾਂ ਇਤਹਾਸਕ ਸਥਾਨਾਂ ਦੀ ਕਾਰ ਸੇਵਾ ਹਯੂਰ ਸਾਹਿਬ ਕੀਤੀ ਉਥੇ ਲੰਗਰ ਦੀ ਸੇਵਾ ਦੀ ਬੜੇ ਵੱਡੇ ਪੱਦਰ ਦੇ ਉੱਤੇ ਮਹਾਪੁਰਸ਼ਾਂ ਨੇ ਸੰਭਾਲੀ 13 ਮਈ 2005 ਤੋਂ ਬਾਅਦ ਦਾਸ ਦੀ ਡਿਊਟੀ ਨਾਲ ਬਾਬਾ ਬਲਵਿੰਦਰ ਸਿੰਘ ਜੀ ਸਾਰੀ ਜਥੇਬੰਦੀ ਔਰ ਸੇਵਾ ਉਸੇ ਤਾਈ ਨਿਰੰਤਰ ਬਾਬਾ ਅਨੰਦ ਸਿੰਘ ਜੀ ਵਰਗੂ ਚੱਲ ਰਹੀ ਆ ਗੁਰੂ ਮਹਾਰਾਜਾ ਕਿਰਪਾ ਕਰਨ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਸਰਕੂਤੇ ਬਾਬਾ ਅਨੰਦ ਸਿੰਘ ਜੀ ਦੇ ਜਨਮ ਸਥਾਨ ਤੇ ਹਾਜ਼ਰੀਆਂ ਲਵਾ ਰਹੇ ਨੇ ਸੰਤ ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਬਾਗ ਤੇ ਸਮੁੱਚੇ ਰੂਪ ਵਿੱਚ ਇੱਕ ਤ ਇੱਕ ਚੜ੍ਹੰਦੀਆਂ ਵਾਲੀ ਗੱਲ ਆ ਸਾਰੇ ਜਥੇਦਾਰ ਸਾਰੇ ਹੀ ਨਿਹੰਗ ਸਿੰਘ ਸਾਰੀਆਂ ਹੀ ਜਿੰਨੇ ਵੀ ਸਾਧੂ ਮਹਾਤਮਾ ਆਏ ਆ ਸਭ ਦਾ ਤਹਿ ਦਿਲੋਂ ਧੰਨਵਾਦ ਦਾਸ ਵੱਲੋਂ ਬਾਬਾ ਬਲਵਿੰਦਰ ਸਿੰਘ ਜੀ ਵੱਲੋਂ ਜਹੇਦਰ ਬਾਬਾ ਗਰਮੀਤ ਸਿੰਘ ਜੀ ਵੱਲੋਂ ਇਹ ਆਈ ਹੋਈ ਸੰਗਤ ਦਾ ਤਹਿ ਦਿਲੋਂ ਧੰਨਵਾਦ ਹੋਈਆਂ ਗਲਤੀਆਂ ਭੁੱਲਾਂ ਦੀ ਮਾਫੀ ਪਿਆਰ ਵਿੱਚ ਆਓ ਬਲਾਓ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕੀ ਫਤਿਹ